सारिया सत श्रीकाल फिर तो स्वागत है साढ़े चैनल में अंकित खोसला ब्लॉग्स। असी दोबारा एक ब्लॉग लैके आ रहे हैं तो असी हूँ चले दसो प्लैनिंग ही नहीं है कितने जाना हूँ। असी देखते चलो मुंडा दूजा वो जाके प्लैनिंग करते असी कितने जाना वा बाकी दसांगे कितने चले ठीक है फिर तुम उत्थे सारी दिखावे वीडियो हले तो प्लैनिंग ही नहीं साड़ी आप कितने जाना मतलब कोल कोल ही देखते टीले जाइए या एंजल फार्म क्या तेल तेल पवान लगे पर पैसे है नहीं कहते पैसे कट्ठे करते पे देखो दा ग्राई कर रहे हैं ओ पैसा देख लो की करते पे हुन फोन तो थले लड़ा आ देख लो आशिक आशिक बंदा साडा सारा दिन फोन च ही बड़िया रहिंदा कोशिक किन्ना गल करदा दोस्त ਕਿਹੜਾ ਦਿਖਾਈ ਉਹ ਚੱਲ ਫਿਰ ਅਸੀਂ ਤੁਰ ਚੁੱਕੇ ਆ ਕਰੋ ਤਾਂ ਪਾ ਇਹਦੀ ਤਾਂ ਸਲਾਹ ਹੀ ਨਹੀਂ ਸੀ ਕੁਛ ਕਿੱਧਰ ਜਾਣਾ ਆ ਫਿਰ ਭਾਜੀ ਕਹਿੰਦੇ ਟੀਲੇ ਜਾਣਾ ਅਸੀਂ ਕਿਹਾ ਚਲੋ ਟੀਲੇ 'ਚ ਚੱਲਦੇ ਆ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਸ਼ਿਵਜੀ ਦਾ ਮੰਦਿਰ ਆ ਉੱਥੇ ਤੁਹਾਨੂੰ ਸਾਰੀ ਵੀਡੀਓ ਉੱਥੇ ਹੀ ਦਿਖਾਵਾਂਗੇ ਤਾਂ ਫੋਨ ਕਿੱਥੇ ਗਿਆ ਤੇਰਾ ਇਹਦਾ ਸੀਲੀ ਨਾਲ ਲੱਗਾ ਸੀ ਹੁਣੀ ਗੱਲ ਕਰ ਉਹ ਦੇਖ ਲਓ ਲਕੋਲਿਆ ਉਹ ਲਕੋਲਿਆ ਤੁਸੀਂ ਪੈਟਰੋਲ ਪੰਪ 'ਤੇ ਵੀ ਦੇਖਿਆ ਹੋਣਾ ਸੀਨ ਇਹਦਾ ਪੈਟਰੋਲ ਪੰਪ 'ਤੇ ਵੀ ਗੱਲਾਂ ਕਰਦਾ ਸੀਗਾ ਸੀਲੀ ਨਾਲ ਕੋਈ ਨਾ ਤੁਹਾਨੂੰ ਦਿਖਾਵਾਂਗੇ ਇਹਦੀ ਫੁਟੇਜ ਨਾ ਵਿੱਚ ਵਿੱਚ ਟੈਨਸ਼ਨ ਨਾ ਲਓ ਥੋੜ੍ਹੀ ਥੋੜ੍ਹੀ ਫੁਟੇਜ ਦਿਖਾਵਾਂਗੇ ਅੱਧੇ ਰਸਤੇ 'ਚ ਪਹੁੰਚ ਗਿਆ ਸਾਡਾ ਸੂਰਜ ਬਾਈਕ ਚਲਾ ਰਿਹਾ ਗਗਨ ਦੇ ਟਿੱਲੇ ਜਾ ਰਹੇ ਸੀ ਕਿੰਨਾ ਵਧੀਆ ਰਸਤਾ ਜਾ ਰਿਹਾ ਸੀ ਜੰਗਲਾਂ ਦਾ ਰਸਤਾ ਸੀ ਕਿਉਂਕਿ ਅਸੀਂ ਨਾ ਮਤਲਬ ਦੋ ਰਸਤੇ ਇੱਧਰੋਂ ਪੈਂਦੇ ਇੱਕ ਤਾਂ ਅਸੀਂ ਦਸੂਏ ਹੋ ਕੇ ਜਾਂਦੇ ਸਾਨੂੰ ਦੂਰ ਹੋ ਪੈਂਦਾ ਸਾਡਾ ਗੜਦੀ ਵਾਲਾ ਸ਼ਹਿਰ ਤਾਂ ਫਿਰ ਅਸੀਂ ਨਾ ਵਿੱਚੋਂ ਨਹਿਰੋਂ ਨਹਿਰ ਚੱਲ ਜਾਂਦੇ ਸਾਨੂੰ ਸ਼ੋਰਟਕੱਟ ਪੈਂਦਾ ਫਿਰ ਆਹ ਦੇਖੋ ਜੰਗਲ ਜੁੰਗਲ ਵੀ ਆ ਰਸਤੇ ਦਾ ਦੇਖੋ ਤਾਂ ਪਹਾੜੀ ਇਲਾਕਾ ਸਾਰਾ ਇੱਧਰ ਤਾਂ ਫਿਰ ਉੱਧਰੋਂ ਤਾਂ ਸਾਨੂੰ ਬਹੁਤ ਦੂਰ ਪੈਂਦਾ ਨਾ ਇੱਕ ਪਹਿਲੇ ਦਸੂਏ ਜਾਈਏ ਫਿਰ ਅੱਗੇ ਹਾਜੀਪੁਰ ਜਾਈਏ ਹੈ ਨਾ ਇੱਥੇ ਸਾਨੂੰ ਨਹਿਰੋਂ ਨਹਿਰ ਕੋਲ ਪੈ ਜਾਂਦਾ ਦੇਖੋ ਤਾਂ ਨਹਿਰ ਦੀ ਇੱਥੇ ਮਤਲਬ ਚੱਲ ਰਹੀ ਆ ਸਹੀ ਹੋ ਰਹੀ ਨਹਿਰ ਵੱਡੀ ਕਰ ਰਹੇ ਆ ਤਾਂ ਕਰਕੇ ਪਾਣੀ ਵੀ ਸਾਰਾ ਕੱਢਿਆ ਤਾਂ ਇੱਧਰ ਮਾਰਕੀਟ ਆ ਥੋੜ੍ਹੀ ਜਿਹੀ ਲੱਗੀ ਆ ਦੀ ਅੱਧੀ ਹਾਂ ਦੇਖੋ ਲੋਕਲ ਮਾਰਕੀਟ ਆ ਮਾਰਕੀਟ ਆ ਲੱਗੀ ਆ ਦੀ ਆ प्राचीन शिव मंदिर पंजाब दा सब तो उच्चा मंदिर है तुम दिखावे पौड़िया बोआ अभी चलते जिदा तुम एंटर करते अभी दिखाता आ पौड़िया कि पौड़िया कुछ कितने दी 784 784 कह रहे बाकी पता नहीं सानू उपर जाके पुछांगे भी किसी बंदे तो जड़ा भी सानू मिलिया किसी नू भी असी पुछ सकदे आ पुछांगे किन्नियां पौड़ियां मौका मिले तो जरूर पुछांगे पौड़ियां बहुत पौड़ियां देखो ਅਸੀਂ ਹੁਣ ਅੱਧੇ ਰਾਹ ਤੱਕ ਪਹੁੰਚ ਚੁੱਕੇ ਆ ਦੇਖੋ ਜੀ ਸਾਫ਼ ਹੋ ਚੁੱਕੇ ਆ ਸੂਰਜ ਦੇ ਫੁੱਲੇ ਦੇ ਹੋਰ ਪੁੱਜਣ ਵਾਲਾ ਨਹੀਂ ਮਤਲਬ ਅੱਧੇ ਰਾਹ ਤੋਂ ਹਾਂ ਥੋੜ੍ਹੇ ਜਿਹੇ ਉੱਤੇ ਆ ਗਏ ਆ ਆ ਸ਼ਿਵਾ ਦੀ ਮੂਰਤੀ ਇੱਥੇ ਆ ਹਾਂ ਦੇਖੋ ਇੱਥੇ ਨਾਗ ਦੇਵਤਾ ਦੀ ਜਗ੍ਹਾ ਬਣੀ ਦੀ ਆ ਇੱਥੇ ਸਾਰੇ ਰਾਤ ਨੂੰ ਘੁੰਮਦੇ ਆ ਸੱਚੀ ਹਾਂਜੀ ਇੱਧਰ ਵੀ ਸਾਰੇ ਹੁੰਦੇ ਘਰੇ हाँ देखो इतने मतलब सारे ना कार कूर बना के जाते अपने जिदा मतलब विश मांग के जाते साढ़े कार बन है ना तो फिर उन्होंने पूड़िया भी होंगे वा शिवा की मूर्ति जो तुम देख सकते हो शिवा की मूर्ति बहुत वड्डी आ पहुँच चुके हैं हले मतलब उपर पहुंचे भी नहीं असं थक गए हाँ देखो दोनों भी बहुत थक गए मैं कुछ ज़्यादा ही थक गया बहुत चेर बाद इनिया पौड़िया चढ़िया ना हाँ देखो थले का व्यू देखो कितना सोहना वा थले मतलब अद्धे रास्ते तो थोड़े जे उपर आए हैं देखो कितना सोहना व्यू देखो तो कितना सोहना व्यू तुहानू उपर जाके व्यू दिखावांगे तो देख सकते हो कितना वधिया उपर प्राचीन मंदिर आए जाते हुए देखो कि बस हुई आ देखो तो साडा मोटा डिग डिगदा तो मैं भी जाता पिया वा सारा लैके जाते पे पसीना भी बहुत आ चुका वा एक गर्मिया दिन तुम पता धुप भी बहुत ज्यादा वा तो बंद हो गया हौली हौली जा रहे असि पखे भी नहीं चलते पे देखो तो बाल किदा दे हो गए मुंडे ने कटिंग कराई है दसो किदा कटिंग कराई मुंडे ने अज कहता कटिंग करा के जाना देखो तो मुंडा केसा
ਬਾਈਕ ਤੇ ਨਹੀਂ ਖਿੱਚਣ ਲੱਗਾ ਜ਼ਿਆਦਾ ਅਸੀਂ ਬੋਲਾਂਗੇ ਨਹੀਂ ਹੁਣ ਦਰਸ਼ਨ ਕਰੋ ਤੁਸੀਂ ਮੱਥਾ ਟੇਕ ਕੇ ਬਾਹਰ ਆ ਚੁੱਕੇ ਹੁਣ ਮਾਤਾ ਜੀ ਦਾ ਮੰਦਿਰ ਆ ਮੂਰਤੀ ਬਣੀ ਮਾਤਾ ਜੀ ਦੇ ਮੱਥਾ ਟੇਕੀ ਅਸੀਂ ਬਜਰੰਗ ਵਾਲੀ ਜੀ ਬਜਰੰਗ ਵਾਲੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਥੱਲੇ ਉੱਥੇ ਪੀਂਗਾ ਪੂੰਗਾ ਲੱਗੀ ਆ ਵਾ ਸਾਰਾ ਕੁਛ ਦਿਖਾਵਾਂਗੇ ਲੈ ਕੇ ਜਾਵਾਂਗੇ ਉੱਧਰ ਹਾਂ ਦੇਖੋ ਪਹਿਲੇ ਅਸੀਂ ਇੱਧਰ ਚੱਲੀਏ ਹਾਂ ਇੱਧਰ ਮੱਥਾ ਟੇਕ ਲਈਏ ਪਹਿਲੇ ਅਸੀਂ ਗਿਆ ਗਣਪਤੀ ਜੀ ਦਾ ਮੰਦਿਰ ਆਏ ਗਣਪਤੀ ਜੀ ਦਾ ਮੰਦਿਰ ਚਲੋ ਅਸੀਂ ਮੱਥਾ ਟੇਕ ਲਿਆ ਗਣਪਤੀ ਜੀ ਦੇ ਮੰਦਿਰ ਵੀ ਹੁਣ ਅਸੀਂ ਉੱਧਰ ਦੂਜੀ ਸਾਈਡ ਚੱਲਦੇ ਤੁਹਾਨੂੰ ਲੋਕੇਸ਼ਨ ਵੀ ਦਿਖਾ ਦਿੰਦੇ ਲੰਗਰ ਹਾਲ 'ਚ ਚੱਲਦੇ ਇੱਕ ਮਿੰਟ ਲੋਕੇਸ਼ਨ ਦਿਖਾ ਦਈਏ ਦਰਸ਼ਕਾਂ ਨੂੰ ਪਹਿਲੇ ਤਾਂ ਦੇਖੋ ਤਾਂ ਕਿੰਨਾ ਸੋਹਣੇ ਆ ਪਹਾੜ ਦੇਖੋ ਤਾਂ ਕਿੱਡੀ ਉੱਚੀ ਆ ਅਸੀਂ ਤੁਰ ਕੇ ਆਏ ਪੌੜੀਆਂ ਚੜ੍ਹ ਕੇ ਉਹ ਦੇਖੋ ਰੋਡ ਆ ਰਸਤਾ ਜਾ ਰਿਹਾ ਦਿਖ ਰਿਹਾ ਹੋਊਗਾ ਸ਼ਾਇਦ ਤੁਹਾਨੂੰ ਉਹ ਦੇਖੋ ਆਹ ਫੋਕਸ ਮਾਰਦਾ ਮੈਂ ਉਹ ਦੇਖੋ ਰਸਤਾ ਦਿਖ ਰਿਹਾ ਹੋਊਗਾ ਤੁਹਾਨੂੰ ਜਾ ਰਿਹਾ ਉਹ ਨੀਚੇ ਉਹ ਇੱਕ ਉੱਧਰ ਵੀ ਮੰਦਿਰ ਆ ਉਹ ਦੇਖੋ ਦਿਖ ਰਿਹਾ ਹੋਊਗਾ ਵੀ ਤੁਹਾਨੂੰ ਮੰਦਿਰ ਵੀ ਮੰਦਿਰ ਆ ਜਾਂ ਕਾਰ ਸਾਨੂੰ ਪਤਾ ਨਹੀਂ ਕੁਛ ਅਸੀਂ ਕਹਿ ਨਹੀਂ ਸਕਦੇ ਕਲੀਅਰ ਨਹੀਂ ਹੋ ਰਿਹਾ ਦੂਰੋਂ ਦੇਖੋ ਤਾਂ ਕਿੰਨੀ ਵਧੀਆ ਵਿਊ ਦੇਖੋ ਥੱਲੇ ਤਾਂ ਇੱਧਰ ਥੱਲੇ ਲੰਗਰ ਹਾਲ ਆ ਅਸੀਂ ਹੁਣ ਭੋਜਨ ਕਰਕੇ ਤੁਹਾਨੂੰ ਫੇਰ ਦੱਸਾਂਗੇ ਬਾਕੀ ਦੀ ਹੁਣ ਅਸੀਂ ਭੋਜਨ ਕਰਨ ਚੱਲੇ ਚਲੋ ਅਸੀਂ ਚੱਲਦੇ ਹਾਂ ਇੱਕ ਵਾਰ ਲੰਗਰ ਹੋਲ ਤੁਹਾਨੂੰ ਦਿਖਾ ਦਿੰਦੇ ਆ ਮਤਲਬ ਇੱਥੇ ਹਾਂਜੀ ਖਾਣ ਪੀਣ ਤੋਂ ਬਾਅਦ ਬਾਕੀ ਦਿਖਾਵਾਂਗੇ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਅਸੀਂ ਇੱਥੋਂ ਦੀ ਪੌੜੀਆਂ ਉੱਤਰ ਕੇ ਨੀਚੇ ਜਾ ਰਹੇ ਹਾਂ ਮਤਲਬ ਥੱਕ ਹੋ ਗਏ ਸੀ ਪਹਿਲੇ ਅਸੀਂ ਨਹੀਂ ਨਹੀਂ ਚਾਹ ਪੀ ਲਓ ਤਾਂ ਲੰਗਰ ਹਾਲ ਆ ਤੁਹਾਨੂੰ ਕਰ ਦੇ ਮਤਲਬ ਸੇਵਾ ਕਰਤੀ ਆ ਅਸੀਂ ਹੁਣ ਸੇਵਾ ਕਰਕੇ ਫਿਰ ਲੰਗਰ ਖਾ ਗਏ ਸੇਵਾ ਕਰਕੇ ਅਸੀਂ ਆ ਗਏ ਆ ਤਾਂ ਦੇਖੋ ਤਾਂ ਵਿਊ ਦੇਖੋ ਕਿੰਨਾ ਸੋਹਣਾ ਥੱਲੇ ਦਾ ਤਾਂ ਅਸੀਂ ਲੋਕੇਸ਼ਨ 'ਤੇ ਆ ਗਏ ਦੇਖੋ ਤਾਂ ਕਿੰਨਾ ਸੋਹਣਾ ਵਿਊ ਆ ਮਤਲਬ ਦੇਖਣ ਵਾਲਾ ਇੱਥੋਂ ਦੀ ਵਿਊ ਉਹ ਸੋਹਣਾ ਇੱਥੇ ਦਾ ਤਾਂ ਇੱਧਰ ਕੁਛ ਟਰੋਲੀ ਲੱਗੀ ਦੀ ਆ ਜਿਹੜਾ ਉਡਨ ਖਟੋਲਾ ਵੀ ਕਈ ਕਹਿੰਦੇ ਹੁੰਦੇ ਸੀ ਪਰ ਬੰਦੇ ਵਾਲੀ ਨਹੀਂ ਆ ਲੱਗਾ ਦਾ ਥੱਲੇ ਉਹਦੀ ਬਸ ਸਮਾਨ ਲਿਆਉਣ ਲਈ ਲੱਗਾ ਜਿੱਦਾਂ ਖਾਣ ਪੀਣ ਵੀ ਨਾ ਸਮਾਨ ਲਿਆਉਣਾ ਕਿਉਂਕਿ ਪੌੜੀਆਂ ਤੋਂ ਐਡੀ ਉੱਪਰ ਲਿਆ ਨਹੀਂ ਹੁੰਦਾ ਦੇਖੋ ਤਾਂ ਥੱਲੇ ਆ ਇੱਧਰਲੀ ਸਾਈਡ ਆ ਤੁਸੀਂ ਦੇਖ ਸਕਦੇ ਬੜੇ ਆ ਇੱਧਰਲੀ ਸਾਈਡ ਆ ਦੇਖੋ ਲੱਗਾ ਦਾ ਵਾ ਖਟੋਲਾ ਵਾ ਤਾਂ ਆਹ ਦੇਖੋ ਤਾਂ ਲੋਕੇਸ਼ਨ ਕਿੰਨੀ ਸੋਹਣੀ ਆ ਆਹ ਕੋਸ਼ਿਸ਼ ਕਿ ਸਾਡਾ ਮਤਲਬ ਸੈਡ ਹੋਇਆ ਦਾ ਇੱਥੇ ਵੀ ਸੈਡ ਵਾਲੀ ਮੂਵਮੈਂਟ ਆ ਇਹਦੀ ਇੱਥੇ ਮਤਲਬ ਖੜ੍ਹਾ ਦਾ ਜਿੱਦਾਂ ਤੁਹਾਨੂੰ ਪਤਾ ਲੜਾਈ ਵੀ ਕਰਕੇ ਹਟਿਆ ਸੈਡ ਤਾਂ ਹੋਣਾ ਹੀ ਆ ਤੁਸੀਂ ਲੋਕੇਸ਼ਨ ਦੇਖੋ ਲੜਾਈ ਹੋ ਗਈ ਤਾਂ ਆਉਂਦੇ ਹੋਏ ਵੀ ਨਾ ਇੱਕ ਸਾਡਾ ਪੰਗਾ ਹੋ ਗਿਆ ਤਾਂ ਅਸੀਂ ਨਾ ਬਾਈਕ 'ਤੇ ਆ ਰਹੇ ਸੀ ਉਹਦੀ ਨਾ ਮੁੰਡੇ ਮਤਲਬ ਹੋਰਨ ਵਜਾਈ ਜਾਣ ਗੱਡੀ ਸੀ ਮਤਲਬ ਸਾਨੂੰ ਪਤਾ ਨਹੀਂ ਹੈ ਕੌਣ ਸੀਗੀ ਪੀਤੀ ਪੂਤੀ ਲੱਗਦੀ ਸੀਗੀ ਹੋਰਨ ਬਹੁਤ ਤੇਜ਼ ਵਜਾਈ ਜਾਣ ਤਾਂ ਅਸੀਂ ਦੋ ਤਿੰਨ ਵਾਰੀ ਕਿਹਾ ਨੰਘ ਜਾਓ ਉਹ ਕਹੀ ਜਾਂਦਾ ਇੱਧਰ ਨੂੰ ਹੋਏ ਇੱਧਰ ਨੂੰ ਹੋਏ ਅਸੀਂ ਇੱਧਰ ਨੂੰ ਹੋਏ ਤਾਂ ਵੀ ਨਾ ਲੰਘੇ ਅਸੀਂ ਨਾ ਇੱਕ ਜਗ੍ਹਾ ਰੋਕੀ ਉੱਥੇ ਖੜ੍ਹਾ ਹੋ ਗਿਆ ਤਾਂ ਫਿਰ ਉਹਦੀ ਮਤਲਬ ਬੁੱਲ ਲੱਗ ਪਿਆ ਇੱਦਾਂ ਉੱਦਾਂ ਫਿਰ ਅਸੀਂ ਚਲੇ ਗਏ ਫਿਰ ਹੁਣ ਕਹਿਤਾ ਜਾਓ ਤੁਸੀਂ ਕੋਈ ਨਾ ਅਸੀਂ ਗਏ ਤਾਂ ਫਿਰ ਅੱਗੇ ਆ ਗਏ ਨਾ ਓਵਰਟੇਕਰ ਲੱਗ ਪਿਆ 100 ਦੀ ਸਪੀਡ 'ਤੇ ਲਿਆਉਂਦਾ ਪਿਆ ਸੀ ਤਾਂ ਫਿਰ ਅਸੀਂ ਉੱਥੇ ਰੱਖ ਕੇ ਗੱਲ ਗੁੱਲ ਕੀਤੀ ਠੀਕ ਆ ਫਿਰ ਉਹਦੀ ਨਾ ਥੋੜ੍ਹੀ ਜਿਹੀ ਮਤਲਬ ਗੱਲ ਹੈ ਨਹੀਂ ਸੀਗੀ ਪੀਤੀ ਜ਼ਿਆਦਾ ਸੀ ਕੁਛ ਉਹਨੇ ਤਾਂ ਉਹਦੀ ਨਾ ਪਰੇਸ਼ਾਨ ਕਰੀ ਜਾਵੇ ਤਾਂ ਫਿਰ ਅਸੀਂ ਬੰਦਿਆਂ ਕੋਲ ਖੜ੍ਹ ਕੇ ਪੂਰੀ ਗੱਲ ਕੀਤੀ ਫਿਰ ਉਹਨੇ ਮਤਲਬ ਜਾਣ ਦਿੱਤਾ ਅਸੀਂ ਆ ਗਏ ਅਤੇ ਹੁਣ ਇੱਥੇ ਪਹੁੰਚੇ ਤੁਹਾਡੇ ਸਾਹਮਣੇ ਆ ਮਤਲਬ ਕਈਆਂ ਨੂੰ ਨਾ ਇੱਦਾਂ ਦੇ ਬਹੁਤ ਬੰਦੇ ਟੱਕਰਦੇ ਆ ਤੁਸੀਂ ਨਾ ਸਾਰੇ ਜਾਣੇ ਇਕੱਠੇ ਹੋ ਗਏ ਆਇਆ ਕਰੋ ਅਸੀਂ 3 ਜਾਣੇ ਸੀ ਹੁਣ ਇਕੱਲੇ ਸੀ ਅਸੀਂ ਮਤਲਬ ਪੀਤੀ ਦੀ ਸੀ ਉਹਨੇ ਬੰਦੇ ਨੇ ਤਾਂ ਤਿੰਨਾਂ ਨੂੰ ਸਾਨੂੰ ਘੇਰੀ ਜਾਵੇ ਦੋ ਬੰਦੇ ਸੀਗੇ ਤਾਂ ਚਲੋ ਕੋਈ ਨਾ ਸਾਰਿਆਂ ਨੂੰ ਹੁੰਦਾ ਰਹਿੰਦਾ ਕਈ ਵੇਲੇ ਹਾਸਾ ਇੱਦਾਂ ਦਾ ਤਾਂ ਸਾਡਾ ਮੁੰਡਾ ਨਾ ਸੈਡ ਬੋ ਹੋ ਗਿਆ ਸੀ ਭਲਾ ਤਾਂ ਮਤਲਬ ਕਹਿੰਦਾ ਮੈਂ ਤਾਂ ਕੋਟੀ ਦੇਣਾ ਉਹਨੂੰ ਇੱਦਾਂ ਦਾ ਹੋ ਗਿਆ ਸੀ ਉਹ ਮੈਂ ਕਿਹਾ ਪਿਆਰ ਨਾਲ ਗੱਲ ਕਰ ਅਗਲਾ ਪਿਆਰ ਨਾਲ ਕਰਦਾ ਤਾ ਤਾਂ ਫਿਰ ਚਲੋ ਇੱਦਾਂ ਹੁੰਦਾ ਰਹਿੰਦਾ ਸਾਰਿਆਂ ਨਾਲ ਅਸੀਂ ਨਾ ਇੱਕ ਵਾਰੀ ਕੰਮ 'ਤੇ ਆਏ ਸੀ ਇੱਧਰ ਤਾਂ ਫੋਟੋਗ੍ਰਾਫੀ ਦਾ ਤੁਹਾਨੂੰ ਪਤਾ ਜਿੱਦਾਂ ਮੈਂ ਕੰਮ ਕਰਦਾ ਪਤਾ ਨਹੀਂ ਕਈਆਂ ਨੂੰ ਪਤਾ ਵਾ ਕੰਮ ਕਰਦਾ ਤਾਂ ਅਸੀਂ ਇੱਧਰ ਨੂੰ ਨਾ ਕੰਮ 'ਤੇ ਆ ਰਹੇ ਸੀ ਤਾਂ ਮੱਥਾ ਟੇਕ ਜੀਏ ਸੋਚਿਆ
तो ठंडा दिन से मैं ना इतने ना अपनी फोटो खींची सी मेरी सब तो बेस्ट फोटो मनी गई है मैंने लोकेशन बहुत ता करके ना वधिया लगदी सब तो वधिया वायरल हुई सी उहदे मां 2000 लाइक आ गए सी इंस्टाग्राम ते तो सब तो बेस्ट फोटो मनी गई है वो मेरी आ देखो तुसीं लोकेशन देख सकते सोहनी बड़ी है ये वाली मैं लोकेशन भी होता कि वो सोहनी लगती मैं आते ने ना सब तो फस्ट फोटो इतने खींची सी वो वाली सब तो फस्ट प्यारी आ रही है इत देखो तो किन्ने सोहने सोहने घर लग रहे खेत आ सारे आ खेत आ खेत देखो किन्ने सोहने लगते पे आ वो देखो दूर दूर तक कि सोहना व्यू आ रही नहर जा रही देखो कि तेज हवा चल लग पी मतलब फीलिंग बहुत मौसम वाली आने लग पी है मतलब देखो हवा कि तेज चल लग गई पेड़ भी लग गए असं हूँ पींगा हाल जाके तुम दिखाते असं जाके तुम दिखाते चलो चलते भाजी चलो चलिए झूठ रहे बच्चे देखो तो बहुत सोहनी उधर बंद सारे दरवाजे दरवुजे झूले झाले लगे जिंदा लगा था पर उत्थे बच्चे आई है वैसे तो सारे इधरों चढ़ के तुम एक बार दिखा देंगे फिर भी हाँ देखो तो नहीं टपके नहीं जाना यार असि टपके नहीं जाना बच्चे आ झूले आ देख लो देख लो बच्चे बुचे झूले लगे थले जा रहे उतरा ही बहुत मतलब ओरी ना पजे लगते वो जगदा भी ब्रेक ही ना साड़ी लगे एक दूजे च बजे सूरज ने सानू पकड़िया दोनों ने थले भी मतलब ब्रेक नहीं लगती हूँ मैं रात होनी जाना देख देर रात मतलब गड्डी गुड्डी लिया ली है उपर पर इतने ना पर अपनी गड्डी नहीं असं लिया सकते सरकारी गड्डी जो मतलब उत्थे लगी बुजुर्ग वाली लगी है गड्डी तो उत्थे लिया सकते देखो तो कि दौड़ते पे आ देखो डिगा लगा सी वे मतलब अपनी ना कंट्रोल नहीं रहता अपने आप तो शरीर जो थले एकदम जाते हैं फिर नीचे थले चुकी है जिदा कि मतलब हूँ कार जाने की तैयारी चाह बाइक बुइक ला ली असी अपनी तो जिदा कि तुम पहले भी तुम दस चुके से असी प्राचीन मंदिर आ शिवा का है शिव शंकर का तो सब तो उच्चा मंदिर आ पंजाब का हिमाचल के ना मतलब हिमाचल का वाधू मंदिर आ उच्चे है ना पंजाब का सब तो उच्चा मंदिर है कोई हिमाचल च नहीं पैंदा मंदिर ये पंजाब का सब तो उच्चा मंदिर आ तो तुम देख सकते हो दिखता होना तुम्हें तो असं मत्था टेक चुके हैं सारी वीडियो तुम देख ली होनी तो बाकी हूँ तुम सीधे कार जाके दसागे है ना तो किदा कि रोड आना तुम कार जाके पूरी डिटेल दसागे यदि है ना चल चुके अपने घर तो बाकी तुम दसिया ही पहले भी पंजाब का सब तो प्राचीन मंदिर सो पंजाब का हिमाचल का नहीं पंजाब का सब तो प्राचीन मंदिर शिवा का मंदिर सगा उन्होंने गगन का टीला कहें बाकी ज़्यादातर जेडे दसूए वाल हुशियारपुर एरिए उन्होंने तो सुनिया ही होना है ना प्राचीन सब तो पंजाब का उच्चा मंदिर आ सब तो उच्चा मंदिर आ पहला मंदिर पंजाब का उही है सब तो जरा उच्चा मंदिर आ गगन का टीला तो बहुत सोहना बनया था वा तो बाकी तुसी वीडियो देखी होनी सारी साड़ी है ना तो जे तुहानू वधिया लगी होगी लाइक कमेंट सबसक्राइब जरूर करियो तो इदी अपना प्यार दे रखियो पहली वीडियो तुसी बहुत प्यार दिता मतलब मेरी फस्ट वीडियो सी 4 hours का वाच टाइम हो गया 4 hours का मतलब नॉर्मली पहली स्टार्टिंग तो बहुत आ मेरे लिए है ना 4 hours का वाच टाइम तो बाकी बहुत जाने ने मैंने प्यार दिता तो साढ़े वो 30 subscribers भी बधे आ हले वीडियो के नाल तो बाकी इदी तुसी सपोर्ट बनाई रखना सारे जने तो लव यू सारे बाय।